ਸਾਤਰੀ ਕਾਲਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਆਡੀਓ ਬੁਲੇਟਿਨ ਦੇ ਵਿੱਚ ਮੈਂ ਹਰ ਸ਼ਰਨਕਰ ਸਭ ਤੋਂ ਪਹਿਲੀ ਤੇ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਅੱਜ ਕਿਸਾਨਾਂ ਦੇ ਵੱਲੋਂ ਕਿਸਾਨ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਅੱਜ 23 ਦਸੰਬਰ ਹੈ ਚਮਕੌਰ ਸਾਹਿਬ ਦਾ ਸ਼ਹੀਦੀ ਜੋੜਮੇਲ ਕੱਲ ਸਮਾਪਤ ਹੋ ਚੁੱਕਿਆ ਹੈ ਤੇ ਹੁਣ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਉੱਤੇ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜਮੇਲ ਦੀ ਆਰੰਭਤਾ ਹੋਵੇਗੀ ਕੇਂਦਰ ਦੀ ਚਿੱਠੀ ਦਾ ਜਵਾਬ ਦੇਣ ਦੇ ਲਈ ਕਿਸਾਨਾਂ ਨੇ ਪੰਜ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਹੈ ਅਤੇ ਚਿੱਠੀ ਦਾ ਜਵਾਬ ਅੱਜ ਕਿਸਾਨਾਂ ਦੇ ਵੱਲੋਂ ਦਿੱਤਾ ਜਾਏਗਾ ਤੇ ਅੱਜ ਦੇ ਦਿਨ ਕਿਸਾਨਾਂ ਨੇ ਇੱਕ ਡੰਗ ਦੀ ਰੋਟੀ ਛੱਡਣ ਦਾ ਸੱਦਾ ਦਿੱਤਾ ਹੈ ਕਿਉਂਕਿ ਅੱਜ ਕਿਸਾਨ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਉੱਤੇ ਕਾਇਮ ਸੰਘਰਸ਼ਮਈ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਸੱਜਰੀ ਗੱਲਬਾਤ ਦੀ ਪੇਸ਼ਕਸ਼ ਬਾਰੇ ਫੈਸਲਾ ਲੈਣ ਦੇ ਅਮਲ ਨੂੰ ਕੱਲ੍ਹ ਆਮ ਸਹਿਮਤੀ ਬਣਾਉਣ ਦੇ ਇਰਾਦੇ ਨਾਲ ਇੱਕ ਦਿਨ ਹੋਰ ਅੱਗੇ ਪਾ ਦਿੱਤਾ ਯਾਨੀ ਕਿ ਅੱਜ ਕਿਸਾਨ ਲੀਡਰ ਬੈਠਕ ਕਰਨਗੇ ਸੰਯੁਕਤ ਕਿਸਾਨ ਮੋਰਚਾ ਯਾਨੀ ਕਿ ਪੂਰੇ ਭਾਰਤ ਦੇ ਕਿਸਾਨ ਲੀਡਰ ਬੈਠਕ ਕਰਨਗੇ ਅਤੇ ਕੇਂਦਰ ਨੇ ਜੋ ਗੱਲਬਾਤ ਦੇ ਲਈ ਪੇਸ਼ਕਸ਼ ਭੇਜੀ ਹੈ ਉਸ ਤੇ ਅੱਜ ਕੋਈ ਫੈਸਲਾ ਲਿਆ ਜਾਏਗਾ ਕਿਸਾਨ ਲੀਡਰਾਂ ਨੇ ਕੇਂਦਰ ਵੱਲੋਂ ਭੇਜੀ ਗਈ ਚਿੱਠੀ ਦਾ ਟੁਕਮਾਂ ਜਵਾਬ ਦੇਣ ਦੇ ਲਈ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਵੀ ਬਣਾ ਦਿੱਤੀ ਹੈ ਕਿਸੇ ਕਿਸਾਨ ਲੀਡਰ ਪਿਛਲੇ ਦਿਨੀ ਐਲਾਨੇ ਪ੍ਰੋਗਰਾਮ ਦੇ ਮੁਤਾਬਕ ਅੱਜ ਕਿਸਾਨ ਦਿਹਾੜੇ ਵਜੋਂ ਮਨਾਉਣਗੇ ਕਿਸਾਨ ਲੀਡਰਾਂ ਨੇ ਕਿਹਾ ਕਿ ਅਗਲੇ ਮਹੀਨੇ ਗਣਤੰਤਰ ਦਿਵਸ ਦੇ ਮੌਕੇ ਮੁੱਖ ਮਹਿਮਾਨ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਭਾਰਤ ਆਉਣ ਤੋਂ ਰੋਕਣ ਲਈ ਬਰਤਾਨਵੀ ਸੰਸਦ ਮੈਂਬਰਾਂ ਤੇ ਦਬਾਅ ਪਾਇਆ ਜਾਏਗਾ ਉਹਨਾਂ ਨੇ ਕਿਹਾ ਕਿ ਦੁਆਬੇ ਦੇ ਦੋ ਜਿਹੜੇ ਹੈਗਨੇ ਸੰਸਦ ਮੈਂਬਰ ਜਿਨ੍ਹਾਂ ਦੇ ਵਿੱਚ ਧਨਮਨਜੀਤ ਢੇਸੀ ਵੀ ਸ਼ਾਮਲ ਨੇ ਉਹ ਪਹਿਲਾਂ ਹੀ ਸਰਕਾਰ ਦੇ ਉੱਤੇ ਜਿਹਾ ਦਬਾਅ ਪਾ ਰਹੇ ਨੇ ਕੇਂਦਰ ਵੱਲੋਂ ਭੇਜੀ ਗਈ ਚਿੱਠੀ ਨੂੰ ਲੈ ਕੇ ਕਰੀਬ 7 ਘੰਟੇ ਲੰਬੀ ਮੀਟਿੰਗ ਸਿੰਗੂ ਬਾਰਡਰ ਤੇ ਹੋਈ ਜਿਦੇ ਵਿੱਚ ਕੇਂਦਰ ਵੱਲੋਂ ਭੇਜੀ ਗਈ ਚਿੱਠੀ ਦੇ ਹਰ ਪਹਿਲੂ ਨੂੰ ਵਿਚਾਰਿਆ ਗਿਆ ਵੱਖ-ਵੱਖ ਲੀਡਰਾਂ ਵੱਲੋਂ ਚੁੱਕੇ ਨੁਕਤਿਆਂ ਦੇ ਬਾਰੇ ਠੋਸ ਜਵਾਬ ਤਿਆਰ ਕਰਨ ਦੇ ਲਈ ਬਣਾਈ ਗਈ ਕਮੇਟੀ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਜਗਜੀਤ ਸਿੰਘ ਦੱਲੇਵਾਲਾ ਪ੍ਰੇਮ ਸਿੰਘ ਭੰਗੂ ਕੁਲਵੰਤ ਸਿੰਘ ਸੰਧੂ ਤੇ ਰਜਿੰਦਰ ਸਿੰਘ ਦੀਪਵਾਲਾ ਸ਼ਾਮਲ ਨੇ ਕੱਲ ਦੀ ਪ੍ਰੈਸ ਕਾਨਫਰੰਸ ਨੂੰ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕੀਤਾ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਅੱਜ ਯਾਨੀ ਕਿ 23 ਦਸੰਬਰ ਨੂੰ ਕੇਂਦਰ ਸਰਕਾਰ ਨੂੰ ਚਿਤੀ ਦਾ ਜਵਾਬ ਦਿੱਤਾ ਜਾਏਗਾ ਜਾਣਕਾਰੀ ਮਿਲ ਰਹੀ ਹੈ ਕਿ ਜਵਾਬ ਕੱਲ ਹੀ ਦੇਣਾ ਸੀ ਪਰ ਲੀਡਰਾਂ ਦੇ ਵਿਚਾਰ ਕੋਈ ਸਹਿਮਤੀ ਨਹੀਂ ਬਣ ਸਕੇ ਇਸ ਕਰਕੇ ਇਸ ਨੂੰ ਇੱਕ ਦਿਨ ਅੱਗੇ ਟਾਲ ਦਿੱਤਾ ਗਿਆ ਇਸ ਮੌਕੇ ਕਿਸਾਨ ਲੀਡਰ ਨੇ ਐਲਾਨ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 26, 27 ਤੇ 23 ਦਸੰਬਰ ਨੂੰ ਸਮਾਗਮ ਵੀ ਕਰਵਾਏ ਜਾਣਗੇ। ਸਮਾਗਮਾਂ ਦੇ ਦੌਰਾਨ ਕੀਰਤਨ, ਕਥਾ ਅਤੇ ਬੁੱਧੀਜੀਵੀਆਂ ਨੂੰ ਬੁਲਾਇਆ ਜਾਵੇਗਾ। ਕਿਸਾਨ ਲੀਡਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਾਰਿਸ ਜான்ਸਨ ਦਾ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮਾਂ ਦੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। ਲਿਹਾਜ਼ਾ ਬ੍ਰਿਟਾਨਵੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਜਾਏਗੀ ਕਿ ਜਦੋਂ ਤੱਕ ਭਾਰਤ ਵਿੱਚ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਜ ਦਬਾਅ ਪਾਉਣ ਕਿ ਉਹ ਭਾਰਤ ਦਾ ਦੌਰਾ ਨਾ ਕਰਨ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵੰਤ ਸਿੰਘ ਪੰਦੇਰ ਨੇ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੀ ਚ ਠੀਕ ਕੋਈ ਸਦਾ ਪੱਤਰ ਨਹੀਂ ਹੈ ਸਗੋਂ ਇਹ ਕੇਂਦਰ ਸਰਕਾਰ ਵੱਲੋਂ ਇੱਕ ਤਰ੍ਹਾਂ ਨਾਲ ਪ੍ਰਚਾਰ ਹੀ ਕੀਤਾ ਗਿਆ ਹੈ ਕਿੱਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ। ਉਗਰਾਹਾਂ ਨੇ ਕਿਹਾ ਕਿ ਕੇਂਦਰ ਨੇ ਮੀਟਿੰਗ ਲਈ ਹੁਣ ਕਿਸਾਨਾਂ ਮੁਤਾਬਕ ਹੀ ਤਰੀਕ ਤੇ ਥਾਂ ਮਿੱਥਣ ਦੀ ਗੱਲ ਕਹਿ ਕੇ ਲੋਕਾਂ ਵਿੱਚ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੱਲਬਾਤ ਲਈ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਨੇ ਖੁਦ ਨੂੰ ਬਰੀ ਕਰਵਾ ਕੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਦੋਵੇਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਹੀ ਐਕਸ਼ਨ ਕਰਨਗੀਆਂ। ਕੱਲ੍ਹ ਪੋਖ ਹੜਤਾਲ ਦਾ ਦੂਸਰਾ ਦਿਨ ਸੀ ਜਿਹੜੀ ਲੜੀਵਾਰ ਪੋਖ ਹੜਤਾਲ ਕੀਤੀ ਗਈ ਹੈ ਉਸ ਦੇ ਮੁਤਾਬਕ ਮੋਰਚਿਆਂ ਦੇ ਉੱਤੇ 11-11 ਦੇ ਜਥਿਆਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਲੀਡਰਾਂ ਨੇ ਸ਼ਮੂਲੀਅਤ ਕੀਤੀ ਬੁਲਾਰਿਆਂ ਨੇ ਪਖਮੀਆਂ ਤਕਰੀਰਾਂ ਦੇ ਨਾਲ ਮਾਹੌਲ ਨੂੰ ਗਰਮਾ ਕੇ ਰੱਖਿਆ ਪੰਜਾਬੀ ਗਾਇਕ ਕਮਰ ਗਰੇਵਾਲ ਜੋ ਪਹਿਲੇ ਦਿਨ ਤੋਂ ਇਸ ਮੋਰਚੇ ਦੇ ਵਿੱਚ ਹਿੱਸਾ ਪਾ ਰਹੇ ਨੇ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗਾਣਾ ਗਾ ਕੇ ਮਾਹੌਲ ਨੂੰ ਨਮ ਕਰ ਦਿੱਤਾ ਕੱਲ ਦੀ ਪੋਖ ਹੜਤਾਲ 'ਚ ਬੈਠਣ ਵਾਲਿਆਂ ਵਿੱਚ ਪਰਮਜੀਤ ਸਿੰਘ ਬਾਗਾ ਬਾਬਾ ਮਹਿੰਦਰ ਸਿੰਘ ਵੇਈ ਪੁਈ ਕਮਲਜੀਤ ਸਿੰਘ ਪੰਨੂ ਪਵਨ ਕੁਮਾਰ ਸਗੋਲਪੁਰ ਜਤਿੰਦਰ ਸਿੰਘ ਛੀਨਾ ਸਤਿਆਵੰਨ ਨਰਵਾਨ ਬੀਕੇਯੂ ਚੜੂਨੀ ਇਹ ਸਾਰੇ ਸ਼ਾਮਿਲ ਸਨ ਟਿਕਰੀ ਬਾਰਡਰ ਤੇ ਵੀ ਬੀਕੇਯੂ ਉਗਰਾਹਾਂ ਦੇ ਲੀਡਰਾਂ ਵੱਲੋਂ ਭੁਖ ਹੜਤਾਲ ਕੀਤੀ ਗਈ ਉਗਰਾਹਾਂ ਦੇ ਵੱਲੋਂ ਟਿਕਰੀ ਬਾਰਡਰ ਦੇ ਰੋਧਕ ਬਾਈਪਾਸ ਤੇ ਰੈਲੀ ਵੀ ਕੱਢੀ ਗਈ ਜਿਸ ਨੂੰ ਲਗਭਗ ਡੇਢ ਦਰਜਨ ਬੁਲਾਰਿਆਂ ਨੇ ਸੰਬੋਧਨ ਕੀਤਾ ਉਗਰਾਹਾਂ ਦੇ ਵੱਲੋਂ ਪੰਜ ਲੀਡਰ ਦਰਬਾਰ ਸਿੰਘ ਛਾਜਲਾ ਕਿਰਪਾਲ ਸਿੰਘ ਧੂਰੀ ਮੱਖਣ ਪਾਪੜਾ ਮਾਨਕ ਸਿੰਘ ਥਲੇਸਾ ਤੇ ਜਰਨੈਲ ਸਿੰਘ ਜਵੰਦਾ ਪਿੰਡੀ ਨੂੰ ਫੁੱਲਾਂ ਦੇ ਹਾਰ ਪਾ ਕੇ ਭੁਖ ਹੜਤਾਲ ਤੇ ਬਿਠਾਇਆ ਗਿਆ 올 ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਯਾਨੀ ਕਿ AIKSCC ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਤੇ ਨਵੇਂ ਕਾਨੂੰਨ ਰੱਦ ਕਰਨ ਦੀ ਮੰਗ ਹੱਲ ਕਰਨਾ ਨਹੀਂ ਚਾਹੁੰਦੀ ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਭੇਜੀ ਚਿੱਠੀ ਵੀ ਇਹੀ ਦਰਸਾਉਂਦੀ ਹੈ ਜੋਤੇ ਮੰਡੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਨੂੰਨਾਂ ਦੇ ਉਦੇਸ਼ ਹੀ ਮੁੱਖ ਸਮੱਸਿਆ ਨੇ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਉਤਪਾਦਨ ਵਿੱਚ ਵਪਾਰ ਕਰਨ ਕਿਸਾਨਾਂ ਨੂੰ ਠੇਕੇ ਵਿੱਚ ਬੰਨਣ ਤੇ ਜ਼ਰੂਰੀ ਵਸਤਾਂ ਦੇ ਲੋੜੋਂ ਵੱਧ ਭੰਡਾਰਨ ਦੀ ਛੋਟ ਦੇਣ ਦਾ ਕਾਨੂੰਨੀ ਅਧਿਕਾਰ ਦਿੰਦੇ ਨੇ ਕਮੇਟੀ ਨੇ ਦੋਸ਼ ਲਾਇਆ ਕਿ ਸਰਕਾਰ ਸਾਰੇ ਕਾਰਪੋਰੇਟਾਂ ਦਾ ਪੱਖਪੂਰਨ ਅਤੇ ਕਿਸਾਨ ਵਿਰੋਧੀ ਪਹਿਲੂਆਂ ਨੂੰ ਪਰਫੁੱਲਿਤ ਕਰੇਗੀ ਕਮੇਟੀ ਮੁਤਾਬਕ ਕੇਂਦਰੀ ਮੰਤਰੀ ਨੇ ਜਾਣਬੁੱਝ ਕੇ ਵਾਰਤਾ ਦੌਰਾਨ ਤੱਥਾਂ ਨੂੰ ਤੋੜ ਮੋੜ ਕੇ ਦਾਵਾ ਕੀਤਾ ਹੈ ਕਿ ਉਹ ਖੁੱਲੇ ਮਨ ਨਾਲ ਚਰਚਾ ਚਾਹੁੰਦੇ ਨੇ ਕਿਸਾਨ ਯੂਨੀਅਨਾਂ ਨੇ ਸੰਘਰਸ਼ ਨੂੰ ਤਿੱਖਾ ਕਰਨ ਦੀ ਲੜੀ ਤਹਿਤ ਪਹਿਲਾ ਐਲਾਨੇ ਪ੍ਰੋਗਰਾਮ ਦੇ ਮੁਤਾਬਿਕ ਅੱਜ ਯਾਨੀ ਕਿ 23 ਦਸੰਬਰ ਨੂੰ ਕਿਸਾਨ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕਰਦਿਆਂ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਕਿਸਾਨੀ ਸੰਘਰਸ਼ ਨਾਲ ਇੱਕਜੁੱਟਤਾ ਦਾ ਇਜ਼ਹਾਰ ਕਰਦਿਆਂ ਦੁਪਹਿਰ ਦਾ ਭੋਜਨ ਨਾ ਖਾਣ ਦਾ ਸੱਦਾ ਦਿੱਤਾ ਹੈ ਕਿਸਾਨ ਲੀਡਰ ਮਰਹੂਮ ਚੌਧਰੀ ਚਰਨ ਸਿੰਘ ਦਾ ਵੀ ਅੱਜ ਜਨਮ ਦਿਹਾੜਾ ਹੈ ਤੇ ਅੰਨਦਾਤਾ ਲਈ ਇੱਕ ਡੰਗ ਦੀ ਰੋਟੀ ਛੱਡਣ ਦਾ ਸੱਦਾ ਦਿੱਤਾ ਗਿਆ ਹੈ ਕਿਸਾਨਾਂ ਦੇ ਸੋਸ਼ਲ ਮੀਡੀਆ ਸੈੱਲ ਨੇ ਜਾਣਕਾਰੀ ਦਿੱਤੀ ਹੈ ਕਿ ਖੇਤੀ ਕਾਨੂੰਨਾਂ ਸੰਬੰਧੀ ਹਰ ਸਵਾਲ ਦਾ ਜਵਾਬ ਵੀਰਵਾਰ ਨੂੰ ਵੈਬਿਨਾਰ ਰਾਹੀਂ ਦਿੱਤਾ ਜਾਏਗਾ ਇਸ ਵੈਬਿਨਾਰ ਦੇ ਵਿੱਚ ਜ਼ੂਮ ਰਾਹੀਂ ਲੋਕ ਜੁੜ ਸਕਣਗੇ ਇੱਕ ਵਾਰ 10000 ਲੋਕ ਜੁੜ ਸਕਣਗੇ ਸੋਸ਼ਲ ਮੀਡੀਆ ਸੈੱਲ ਦੇ ਮੁਖੀ ਬਲਜੀਤ ਸਿੰਘ ਸੰਧੂ ਨੇ ਕੰਗਨਾਰਣਾਤ ਮੁਕੇਸ਼ ਖੰਨਾ ਤੇ ਪਾਇਲ ਰੋਤਗੀ ਨੂੰ ਵੀ ਵੈਬਿਨਾਰ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ ਜਾਂ ਕਹਿ ਲਈਏ ਕਿ ਚੈਲੰਜ ਦਿੱਤਾ ਹੈ ਕਿਸਾਨ ਲੀਡਰ ਨੇ ਵੀ ਐਲਾਨ ਕੀਤਾ ਹੈ ਕਿ ਅਸੀਂ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਸਿਰਫ ਆਈਟੀ ਸੈੱਲ ਦੇ ਉੱਤੇ ਨਿਰਭਰ ਨਹੀਂ ਰਹਾਂਗੇ ਇਸ ਦੇ ਲਈ 10 ਲੱਖ ਪੰਜਾਬੀ 10 ਲੱਖ ਹਿੰਦੀ ਅਤੇ 5 ਲੱਖ ਇੰਗਲਿਸ਼ ਦੇ ਵਿੱਚ ਪੈਂਫਲੇਟ ਨੇ ਜਿਹੜੇ ਉਹ ਵੰਡੇ ਜਾਣਗੇ ਪੂਰੇ ਭਾਰਤ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਫਿਰ ਬਿਆਨ ਦਿੰਦੇ ਨੇ ਕੱਲ ਪਹਿਲਾਂ ਤਾਂ ਉਹਨਾਂ ਨੇ ਪੇਸ਼ਕਸ਼ ਭੇਜੀ ਗੱਲਬਾਤ ਲਈ ਗੱਲਬਾਤ ਲਈ ਮੁਰ ਤੋਂ ਸੱਦਾ ਭੇਜਿਆ ਖੇਤੀਬਾੜੀ ਮੰਤਰੀ ਨੇ ਪਰ ਇਹ ਵੀ ਕਿਹਾ ਕਿ ਨਵੇਂ ਖੇਤੀ ਕਾਨੂੰਨ ਭਾਰਤੀ ਖੇਤੀ ਵਿੱਚ ਨਵੇਂ ਯੁੱਗ ਦਾ ਆਗਾਜ਼ ਨੇ ਕਹਿੰਦੇ ਨੇ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਸਾਰੇ ਵਿਵਾਦਿਤ ਮੁੱਦਿਆਂ ਤੇ ਗੱਲਬਾਤ ਜਾਰੀ ਰੱਖਣ ਦੀ ਖਾਹਿਸ਼ਮੰਦ ਹੈ ਖੇਤੀ ਸੈਕਟਰ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ ਹੈ ਤੇ ਨਰਿੰਦਰ ਮੋਦੀ ਸਰਕਾਰ ਦਾ ਸਾਰਾ ਧਿਆਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲਾ ਹੈ ਖੇਤੀ ਮੰਤਰੀ ਦੱਖਣੀ ਏਸ਼ੀਆ ਦੇ ਵਿਦੇਸ਼ੀ ਕੋਰੈਸਪੋਂਡੈਂਸ ਕਲੱਬ ਦੇ ਕੌਮਾਂਤਰੀ ਮੀਡੀਆ ਨਾਲ ਜੁੜੇ ਮੈਂਬਰਾਂ ਦੇ ਨਾਲ ਦਿੱਲੀ ਵਿੱਚ ਗੱਲਬਾਤ ਕਰ ਰਹੇ ਸੀ ਇਸ ਦੌਰਾਨ ਖੇਤੀ ਮੰਤਰੀ ਨੇ ਦੋ ਖਸਾਨ ਜਥੇਬੰਦੀਆਂ ਕਿਸਾਨ ਸਮਿਤੀ ਤੇ ਇੰਡੀਆ ਕਿਸਾਨ ਯੂਨੀਅਨ ਦੇ ਨਾਲ ਵੀ ਮੁਲਾਕਾਤ ਕੀਤੀ ਖੇਤੀ ਮੰਤਰੀ ਨੇ ਕਿਹਾ ਕਿ ਸੁਧਾਰ ਕਿਸਾਨ ਹਿੱਤਾਂ ਦੇ ਵਿੱਚ ਬਣਾਏ ਗਏ ਨੇ ਤੇ ਭਾਰਤੀ ਖੇਤੀਬਾੜੀ ਖੇਤਰ ਵਿੱਚ ਨਵਾਂ ਯੁੱਗ ਲੈ ਕੇ ਆਉਣਗੇ ਸਰਕਾਰ ਕਿਸਾਨ ਯੂਨੀਅਨਾਂ ਦੇ ਨਾਲ ਕਈ ਗੇੜਾਂ ਦੀ ਗੱਲਬਾਤ ਕਰ ਚੁੱਕੀ ਹੈ ਤੇ ਖੁੱਲੇ ਮਨ ਨਾਲ ਵਿਵਾਦਿਤ ਮੁੱਦਿਆਂ ਤੇ ਕਲੌਜ਼ ਦਰ ਕਲੌਜ਼ ਸੰਵਾਦ ਜਾਰੀ ਰੱਖਣ ਦੀ ਖਾਹਿਸ਼ ਮੰਨਦਾ ਹੈ ਯਾਨੀ ਕਿ ਸਰਕਾਰ ਨੇ ਫੇਰ ਤੋਂ ਇਹ ਬਿਆਨ ਦੇ ਦਿੱਤਾ ਹੈ ਕਿ ਉਹ ਕਾਨੂੰਨ ਰੱਦ ਨਹੀਂ ਕਰਨਗੇ ਉਹ ਕਲਾਜ਼ ਦਰ ਕਲਾਜ਼ ਟੌਖਲਿਆਂ ਦੇ ਉੱਤੇ ਹੀ ਵਿਚਾਰ ਕਰਨਗੇ ਪੰਜਾਬ ਦੇ ਵਿੱਚ ਕੱਲ ਆਰਤੀਆ ਐਸੋਸੀਏਸ਼ਨ ਨੇ 4 ਦਿਨਾਂ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਜਿਸ ਦੇ ਕਾਰਨ ਅਨਾਜ ਮੰਡੀਆਂ ਬੰਦ ਰਹੀਆਂ ਪੰਜਾਬ ਦੇ ਵਿੱਚ ਵੇਚ ਵਟ ਦਾ ਸਾਰਾ ਕਾਰੋਬਾਰ ਠੱਪ ਰਿਹਾ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰਨ ਦੇ ਖਿਲਾਫ ਪੰਜਾਬ ਦੇ ਆੜਤੀਆਂ ਨੇ ਸਾਰਾ ਫਸਲੀ ਕਾਰੋਬਾਰ ਕੱਲ ਬੰਦ ਰੱਖਿਆ ਤੇ ਲਗਾਤਾਰ 4 ਦਿਨ ਬੰਦ ਰੱਖਿਆ ਜਾਏਗਾ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਪੰਜਾਬ ਤੇ ਆੜਤੀਆ ਐਸੋਸੀਏਸ਼ਨ ਆਫ ਪੰਜਾਬ ਨੇ ਛਾਪਿਆਂ ਦੇ ਵਿਰੋਧ ਵਿੱਚ 25 ਦਸੰਬਰ ਤੱਕ ਅਨਾਜ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਇਸ ਹੜਤਾਲ ਦੇ ਕਾਰਨ ਨਰਮਾ ਪੱਟੀ ਜਾਂ ਮਾਲਵਾ ਪੱਟੀ ਕਹ ਲਿਏ ਉੱਥੇ ਰੋਜ਼ਾਨਾ ਜੋ 4000 ਗਠਾਂ ਦੀ ਆਮਦ ਹੋ ਰਹੀ ਸੀ ਉਹ ਪ੍ਰਭਾਵਿਤ ਜ਼ਰੂਰ ਹੋਈ ਹੈ ਕਈ ਕਪਾਹ ਮੰਡੀਆਂ ਵਿੱਚ ਵਿਕਰੀ ਲਈ ਫਸਲ ਆਈ ਪਰ ਹੜਤਾਲ ਕਰਕੇ ਬੋਲੀ ਨਹੀਂ ਲੱਗੀ ਮੁਖਤਸਰ ਬਠਿੰਡਾ ਫਾਜ਼ਿਲ ਦੀ ਖਰੀਦ ਪ੍ਰਭਾਵਿਤ ਹੋਈ ਜਦੋਂ ਕਿ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਦੇ ਵਿੱਚ ਵੀ ਬਾਸਮਤੀ ਦੀ ਫਸਲ ਦੀ ਖਰੀਦ ਪ੍ਰਭਾਵਿਤ ਹੋਈ ਆਮਦਨ ਕਰ ਵਿਭਾਗ ਨੇ ਕਈ ਆੜਤੀਆਂ ਨੂੰ ਮੁੜ ਤਲਬ ਕੀਤਾ ਰਾਜਪੁਰਾ ਦੀ ਫਰਮ ਹਰਦੀਪ ਐਂਡ ਸੰਸਤੀ ਕਰਦਾਰ ਐਂਡ ਸੰਸਤੀ ਮਾਲਕਾਂ ਨੂੰ ਆਮਦਨ ਕਰ ਵਿਭਾਗ ਦੇ ਸੱਮਨ ਮਿਲੇ ਨੇ ਆੜਤੀ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਆਮਦਨ ਕਰ ਵਿਭਾਗ ਪਟਿਆਲਾ ਨੇ 24 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ ਉਹਨਾਂ ਦਾ ਕਾਰੋਬਾਰ ਰਾਜਪੁਰਾ ਦੇ ਵਿੱਚ ਹੈ ਪਰ ਆਮਦਨ ਕਰ ਅਫਸਰਾਂ ਨੇ ਛਾਪੇ ਮਾਰੀ ਅੰਬਾਲਾ ਵਿੱਚ ਕੀਤੀ ਸੀ ਲੀਡਰ ਕਹਿੰਦੇ ਨੇ ਕਿ ਉਹਨਾਂ ਦੇ ਰਾਹ ਰੋਕਣ ਲਈ ਕੇਂਦਰ ਸਾਨੂੰ ਪਰੇਸ਼ਾਨ ਵਿੱਚ ਜਦੋਂ ਖਰੀਦਬੰਦ ਰਹੀ ਤਾਂ ਆੜਤੀਆਂ ਨੇ ਕਿਸਾਨਾਂ ਨੂੰ ਅਪੀਲ ਕਰਕੇ ਵਾਪਸ ਮੋੜ ਦਿੱਤਾ ਤੇ ਦੋਵਾਂ ਤਰ੍ਹਾਂ ਦੇ ਵਿੱਚ ਬਿਲਕੁਲ ਸਹਿਮਤੀ ਬਣੀ ਹੈ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਚੀਮਾ ਨੇ ਹੜਤਾਲ ਨੂੰ ਸਫਲ ਦੱਸਿਆ ਉਹਨਾਂ ਕਿਹਾ ਕਿ ਜਿਨ੍ਹਾਂ ਮਜ਼ਦੂਰਾਂ ਦਾ ਕੰਮ ਪ੍ਰਭਾਵਿਤ ਹੋਇਆ ਉਹਨਾਂ ਨੂੰ ਆੜਤੀਆਂ ਵੱਲੋਂ ਰਾਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਆੜਤੀਆਂ ਨੇ ਵੀ ਐਲਾਨ ਕੀਤਾ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਇਸ ਕਰਕੇ ਕੇਂਦਰ ਸਰਕਾਰ ਸਾਨੂੰ ਪਰੇਸ਼ਾਨ ਕਰ ਰਹੀ ਹੈ ਪਰ ਅਸੀਂ ਸੰਘਰਸ਼ ਦੇ ਅੰਤ ਤੱਕ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਰਹਾਂਗੇ ਪੰਜਾਬ ਦੇ ਵਿੱਚ ਰਿਲਾਇੰਸ ਜੀਓ ਦੇ ਟਾਵਰਾਂ ਦਾ ਬਾਈਕਾਟ ਹੋ ਰਿਹਾ ਹੈ ਜੀਓ ਦੇ ਸਿਮ ਬੰਦ ਕਰਵਾਏ ਜਾ ਰਹੇ ਨੇ ਅਤੇ ਇਹ ਸ਼ਹਿਰਾਂ ਦੇ ਵਿੱਚ ਹੁਣ Jio ਦੇ ਟਾਵਰ ਬੰਦ ਵੀ ਕਰਵਾਏ ਜਾ ਰਹੇ ਨੇ ਪਰ Reliance ਦੇ ਟਾਵਰਾਂ ਤੋਂ ਸਿਆਸੀ ਲੀਡਰ ਹੱਥ ਰੰਗ ਰਹੇ ਨੇ ਅਕਾਲੀ ਲੀਡਰਾਂ ਨੇ Reliance ਟਾਵਰਾਂ ਲਈ ਜ਼ਮੀਨਾਂ ਦਿੱਤੀਆਂ ਨੇ ਇਹ ਖਾਸ ਰਿਪੋਰਟ ਪੰਜਾਬੀ ਟਰਬਿਨ ਦੇ ਵਿੱਚ ਛਪੀ ਹੈ ਚਰਨਜੀਤ ਭੁੱਲਰ ਦੀ ਰਿਪੋਰਟ ਹੈ ਮੋਬਾਈਲ ਟਾਵਰਾਂ ਲਈ ਰਿਲਾਇੰਸ ਨੂੰ ਕਿਰਾਏ ਤੇ ਜ਼ਮੀਨਾਂ ਦੇਣ ਵਾਲੇ ਸਿਆਸੀ ਲੀਡਰਾਂ ਤੇ ਵੀ ਹੁਣ ਕਿਸਾਨੀ ਕੋਲ ਦੇ ਮੱਦੇਨਜ਼ਰ ਉਂਗਲਾਂ ਉੱਠ ਰਹੀਆਂ ਨੇ ਕਈ ਲੀਡਰ ਕੰਪਨੀ ਤੋਂ ਇਹਨਾਂ ਟਾਵਰਾਂ ਦੇ ਬਦਲੇ ਹਰ ਮਹੀਨੇ ਚੰਗਾ ਕਿਰਾਇਆ ਵਸੂਲ ਰਹੇ ਨੇ ਰਿਲਾਇੰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਵਾਲੀ ਨੂੰ 10 ਮੋਬਾਈਲ ਟਾਵਰਾਂ ਲਈ ਦਿੱਤੀ ਜ਼ਮੀਨ ਬਦਲੇ ਕਿਰਾਇਆ ਦਿੱਤਾ ਜਾ ਰਿਹਾ ਹੈ ਵਿਜੀਲੈਂਸ ਵੱਲੋਂ ਜਦ ਕੋਲਿਆਵਾਲੀ ਤੇ ਪਰਚਾ ਦਰਜ ਕੀਤਾ ਗਿਆ ਸੀ ਉਦੋਂ ਸਾਬਕਾ ਚੇਅਰਮੈਨ ਨੇ ਖੁਦ ਕਬੂਲ ਕੀਤਾ ਸੀ ਕਿ ਉਸ ਨੂੰ 11 ਮੋਬਾਈਲ ਟਾਵਰਾਂ ਵਾਲ ਵਿਜੀਲੈਂਸ ਰਿਪੋਰਟ ਦੇ ਮੁਤਾਬਕ ਸਾਬਕਾ ਚੇਅਰਮੈਨ ਦੀ ਪਤਨੀ ਦੇ ਨਾਮ ਵਾਲੀ ਜ਼ਮੀਨ ਤੇ ਪਿੰਡ ਬੋਦੀ ਵਾਲਾ ਕਿਲਿਆਂ ਵਾਲੀ ਭਲਾਈ ਵਾਲਾ ਪੈਣੀ ਝੂੜ ਦੇ ਵਿੱਚ ਰਿਲਾਇੰਸ ਦੇ ਟਾਵਰ ਹਨ ਇਸੇ ਤਰ੍ਹਾਂ ਹੀ ਕੋਲਿਆਂ ਵਾਲੀ ਦੇ ਪੁੱਤਰ ਦੇ ਨਾਮ ਵਾਲੀ ਜ਼ਮੀਨ ਦੇ ਉੱਤੇ ਵੀ ਰਿਲਾਇੰਸ ਦੇ ਟਾਵਰ ਨੇ ਕੋਲਿਆਂ ਵਾਲੀ ਦੇ ਖੁਦ ਦੇ ਨਾਮ ਤੇ ਇੱਕ ਟਾਵਰ Airtel ਕੰਪਨੀ ਦਾ ਵੀ ਹੈ ਭਾਵੇਂ ਕਾਨੂੰਨੀ ਤੌਰ ਤੇ ਇਹਦੇ ਵਿੱਚ ਕੁਝ ਗਲਤ ਨਹੀਂ ਹੈ ਪਰ ਰਿਲਾਇੰਸ ਵੱਲੋਂ ਸਿਰਫ ਲੀਡਰਾਂ ਦੀ ਜ਼ਮੀਨ ਦੀ ਹੀ ਚੋਣ ਕਰਨਾ ਸ਼ੰਕੇ ਖੜੇ ਕਰਦਾ ਹੈ ਪੰਜਾਬ ਦੇ ਵਿੱਚ ਅਕਾਲੀ BJP ਗੱਠਜੋੜ ਸਰਕਾਰ ਵੇਲੇ ਰਿਲਾਇੰਸ ਨੂੰ ਅਕਾਲੀ ਲੀਡਰਾਂ ਨੇ ਮੋਬਾਈਲ ਟਾਵਰਾਂ ਲਈ ਜ਼ਮੀਨ ਦਿੱਤੀ ਸੀ ਸੂਤਰ ਵਾਲੀ ਥਾਂ ਦੀ ਸੂਚੀ ਹਾਸਲ ਕਰ ਲਈ ਤੇ ਮਗਰੋਂ ਸ਼ਨਾਖਤ ਕੀਤੇ ਪਿੰਡਾਂ ਵਿੱਚ ਥੋੜੀ-ਥੋੜੀ ਜ਼ਮੀਨ ਖਰੀਦ ਲਈ ਖਰੀਦ ਕੀਤੀ ਜ਼ਮੀਨ ਉੱਤੇ ਰਿਲਾਇੰਸ ਨੇ ਮੋਬਾਈਲ ਟਾਵਰ ਖੜੇ ਕਰ ਦਿੱਤੇ ਤੇ ਲੀਡਰਾਂ ਨੂੰ ਹਰ ਮਹੀਨੇ ਕਿਰਾਇਆ ਦੇਣਾ ਸ਼ੁਰੂ ਕਰ ਦਿੱਤਾ ਪਿੰਡੂ ਇਲਾਕਿਆਂ ਵਿੱਚ ਪ੍ਰਤੀ ਟਾਵਰ 20000 ਰੁਪਏ ਪ੍ਰਤੀ ਮਹੀਨਾ ਕਿਰਾਇਆ ਤੱਕ ਮਿਲ ਰਿਹਾ ਹੈ ਜ਼ਿਲ੍ਹਾ ਮਾਨਸਾ ਦੇ ਇੱਕ ਵਿਧਾਇਕ ਤੇ ਉਸਦੇ ਪਰਿਵਾਰ ਵੱਲੋਂ ਕਰੀਬ 11 ਪਿੰਡਾਂ ਵਿੱਚ ਪਹਿਲਾਂ ਥੋੜੀ-ਥੋੜੀ ਜਗ੍ਹਾ ਖਰੀਦੀ ਗਈ ਜਿਨ੍ਹਾਂ ਤੇ ਮਗਰੋਂ ਰਿਲਾਇੰਸ ਕੰਪਨੀ ਨੇ ਟਾਵਰ ਖੜੇ ਕਰ ਦਿੱਤੇ ਇਹ ਥਾਂ ਮਾਨਸਾ ਦੇ ਖੈਰਾਖੁਰ ਦਸਰਦੂਲਗੜ ਕਾਨ ਸਿੰਘ ਵਾਲਾ ਮੁਖਤਸਰ ਦੇ ਵਿੱਚ ਲੱਖੇਵਾਲੀ ਤੇ ਥਾਂਦੇਵਾਲਾ ਸੰਗਰੂਰ ਦੇ ਪਿੰਡ ਬੰਗਾ ਲੁਧਿਆਣਾ ਦੇ ਪਿੰਡ ਹਠੂਰ ਤੇ ਫਾਜ਼ਿਲਕਾ ਦੇ ਪਿੰਡ ਸ਼ੇਰ ਮੁਹੰਮਦ ਵਿੱਚ ਖਰੀਦੀ ਗਈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਨੇਤਰੇ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਪਟੰਡਾ ਜ਼ਿਲ੍ਹੇ ਦੇ ਵਿੱਚ ਬਾਦਲ ਪਰਿਵਾਰ ਦੇ ਅਤ ਨੇੜਲੇ ਤੇ ਯੂਥ ਅਕਾਲੀ ਲੀਡਰ ਦੀ ਜ਼ਮੀਨ ਤੇ ਦਰਜਨਾ ਮੋਬਾਈਲ ਟਾਵਰ ਲੱਗੇ ਹੋਏ ਨੇ ਜਿਨ੍ਹਾਂ ਤੋਂ ਚੰਗਾ ਕਿਰਾਇਆ ਉਹਨਾਂ ਨੂੰ ਮਿਲ ਰਿਹਾ ਹੈ ਇੱਕ ਵੱਡੇ ਘਰਾਣੇ ਦੀ ਇੱਕ ਕੰਪਨੀ ਵਿੱਚ ਹਿੱਸੇਦਾਰ ਦੇ ਨਾਂ ਵਾਲੀ ਸ਼ਹਿਰੀ ਜਗ੍ਹਾ ਦੇ ਵਿੱਚ ਰਿਲਾਇੰਸ ਦੇ ਟਾਵਰ ਨੇ ਰਾਮਪੂਰਾ ਦੇਵੀ ਇੱਕ ਸ਼ਹਿਰੀ ਲੀਡਰ ਦੇ ਨਾਂ ਵਾਲੀ ਜ਼ਮੀਨ ਤੇ ਟਾਵਰ ਨੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਂ ਤੇ ਤਾਂ ਰਿਲਾਇੰਸ ਦੇ ਦੋ ਤੇਲ ਪੰਪ ਪਿੰਡ ਰੋਪਾਣਾ ਅਤੇ ਡੂੰਵ ਵਾਲੀ ਦੇ ਵਿੱਚ ਨੇ ਇੱਕ ਹੋਰ ਅਜੀਬ ਖਬਰ ਦੱਸਦੀ ਹੈ ਜ ਜਿਹਦੇ ਵਿੱਚ ਬੀਜੇਪੀ ਨੇ ਜਿਹੜੇ ਨੌਜਵਾਨ ਨੂੰ ਖੁਸ਼ਹਾਲ ਕਿਸਾਨ ਦੱਸਿਆ ਉਹ ਸਿੰਗੂ ਬਾਰਡਰ ਤੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਡਟਿਆ ਹੋਇਆ ਕਿਸਾਨ ਹਰਪ੍ਰੀਤ ਸਿੰਘ ਜਿਸ ਦੀ ਫੋਟੋ ਪੰਜਾਬ ਬੀਜੇਪੀ ਵੱਲੋਂ ਖੇਤੀ ਕਾਨੂੰਨਾਂ ਦੇ ਸਮਰਥਨ ਲਈ ਵਰਤੀ ਜਾ ਰਹੀ ਸੀ ਉਹ ਅਸਲ ਵਿੱਚ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਸਿੰਗੂ ਸਰਹੱਦ ਤੇ ਸੰਘਰਸ਼ੀਲ ਕਿਸਾਨਾਂ ਦੇ ਨਾਲ ਸੰਘਰਸ਼ ਕਰ ਰਿਹਾ ਹੈ ਪੰਜਾਬ ਬੀਜੇਪੀ ਦੇ ਫੇਸਬੁੱਕ ਪੇਜ ਤੇ ਜੋ ਪੋਸਟਰ ਵਰਤਿਆ ਗਿਆ ਉਹ ਝੂਠ ਦਾ ਪਰਦਾ ਫਾਸ਼ ਹੋਣ ਤੋਂ ਬਾਅਦ ਹਟਾ ਦਿੱਤਾ ਗਿਆ ਇਸ ਦੌਰਾਨ ਬੀਜੇਪੀ ਦੇ ਬੁਲਾਰੇ ਜਨਾਰਦਨ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਾਂਗੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਿਰਾਸ਼ ਕਰਨ ਵਾਲੀ ਕਾਰਵਾਈ ਹੈ ਐਨੇ ਅਸੰਵੇਦਨਸ਼ੀਲ ਕਿਵੇਂ ਹੋ ਸਕਦੇ ਨੇ ਬੀਜੇਪੀ ਵਾਲੇ ਦੋਸਤਾਂ ਵਿਚਾਲੇ ਹਰਪ ਫਾਰਮਰ ਦੇ ਵਜੋਂ ਜਾਣੇ ਜਾਂਦੇ ਹਰਪ੍ਰੀਤ ਸਿੰਘ ਨੇ ਇੰਡੀਅਨ ਇੰਸਟੀਚਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਪੁਣੇ ਤੋਂ ਸੌਫਟਵੇਅਰ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਆਪਣੇ ਪਿੰਡ ਨਡਾਲੋਂ ਦੇ ਵਿੱਚ ਉਸਦੇ ਪਰਿਵਾਰ ਕੋਲ ਸਿਰਫ 2 ਏਕੜ ਜ਼ਮੀਨ ਹੈ। ਹਰਪ੍ਰੀਤ ਨੇ ਕਿਹਾ ਮੈਨੂੰ ਇੱਕ ਛੋਟੇ ਕਿਸਾਨ ਦਾ ਦਰਦ ਪਤਾ ਹੈ। ਖਾਲਿਸਤਾਨੀਆਂ ਤੇ ਮਾਓਵਾਦੀਆਂ ਦੇ ਨਾਲ ਸਾਡੀ ਤੁਲਨਾ ਕਰਨ ਤੋਂ ਮੈਂ ਵੀ ਹੋਰਾਂ ਵਾਂਗ ਹੈਰਾਨ ਤੇ ਪਰੇਸ਼ਾਨ ਹ। ਮੈਨੂੰ ਬੀਤੀ ਸ਼ਾਮ ਪਿੰਡ ਦੇ ਇੱਕ ਦੋਸਤ ਦਾ ਫੋਨ ਆਇਆ ਕਿ ਭਾਜਪੀ ਮੇਰੀ ਤਸਵੀਰ ਆਪਣੇ ਫੇਸਬੁੱਕ ਪੇਜ ਤੇ ਇਸਤੇਮਾਲ ਕਰ ਰਹੀ ਹੈ। ਪਹਿਲਾਂ ਤਾਂ ਮੈਂ ਹੱਸ ਪਿਆ ਪਰ ਫਿਰ ਮੈਨੂੰ ਗੁੱਸਾ ਆਇਆ ਕਿ ਉਹ ਮੇਰੀ ਆਗਿਆ ਤੋਂ ਬਿਨਾਂ ਇਹ ਕਿਵੇਂ ਕਰ ਸਕਦੇ ਨੇ? ਮੈਂ ਸਰਕਾਰ ਨੂੰ ਸਵਾਲ ਕਰਦਾਂ ਕਿ ਜੇ ਕਿਸਾਨ ਖੁਸ਼ ਹਨ ਤਾਂ ਫਿਰ ਉਹ ਦਿੱਲੀ ਦੀਆਂ ਸਰਹੱਦਾਂ ਤੇ ਕੀ ਕਰ ਰਹੇ ਨੇ? ਕਿਸਾਨਾਂ ਦੇ ਸੰਘਰਸ਼ ਨਾਲ ਜੁੜੀ ਖਬਰ ਹਰਿਆਣਾ ਦੇ ਅੰਬਾਲਾ ਤੋਂ ਹੈ ਜਿੱਥੇ ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਹੀ ਘੇਰ ਲਿਆ ਤੇ ਮੁੱਖ ਮੰਤਰੀ ਨੂੰ ਕਾਲੀਆਂ ਛੰਡੀਆਂ ਦਿਖਾਈਆਂ ਕਮਾਂਡੋਜ਼ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਗੱਡੀ ਨੂੰ ਘੇਰੇ ਦੇ ਵਿੱਚੋਂ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਲਈ ਕੱਲ ਹਾਲਾਤ ਉਸ ਵੇਲੇ ਕਸੂਤੇ ਬਣ ਗਏ ਜਦੋਂ ਕਿਸਾਨਾਂ ਨੇ ਸ਼ਹਿਰ ਦੇ ਅਗਰਸੈਨ ਚੌਕ ਵਿੱਚ ਉਹਨਾਂ ਦੇ ਕਾਫਲੇ ਨੂੰ ਘੇਰ ਲਿਆ ਤੇ ਕਾਲੇ ਝੰਡੇ ਦਿਖਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਦੇ ਕਮਾਂਡੋਜ਼ ਨੇ ਘੇਰਾ ਪਾ ਕੇ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਵਿੱਚੋਂ ਮੁੱਖ ਮੰਤਰੀ ਦੀ ਗੱਡੀ ਨੂੰ ਬੜੇ ਮੁਸ਼ੱਕਤ ਦੇ ਨਾਲ ਬਾਹਰ ਕੱਢਿਆ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਕਾਰ ਝੜਪਾਂ ਵੀ ਹੋਈਆਂ, ਪੁਲਿਸ ਨੂੰ ਹਲਕਾ ਬਾਲ ਦਾ ਪ੍ਰਯੋਗ ਵੀ ਕਰਨਾ ਪਿਆ। ਮੁੱਖ ਮੰਤਰੀ ਮਨੋਹਰ ਲਾਲ ਖੱਤਰ ਨਗਰ ਨਿਗਮ ਚੋਣਾ ਦੇ ਵਿੱਚ ਭਾਜਪਾ ਦੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਡਾਕਟਰ ਵੰਦਨਾ ਸ਼ਰਮਾ ਤੇ ਹੋਰ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਅੰਬਾਲਾ ਸ਼ਹਿਰ ਆਏ ਸੀ। ਉਹਨਾਂ ਦਾ ਕਈ ਥਾਵਾਂ ਤੇ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਮਹਿਸ ਕਾਲੇ ਝੰਡੇ ਹੀ ਨਹੀਂ ਵਿਖਾਏ ਸਗੋ ਉਹਨਾਂ ਦੀ ਗੱਡੀ ਤੇ ਡੰਡੇ ਵੀ ਮਾਰੇ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਮਾਮੂਲੀ ਬਲ ਦਾ ਪ੍ਰਯੋਗ ਕੀਤਾ। ਕਈ ਕਿਸਾਨ ਪੁਲਿਸ ਦੇ ਨਾਲ ਹੱਥੋ ਪਾਈ ਵੀ ਹੋ ਗਏ। ਕਈ ਪੁਲਿਸ ਮੁਲਾਜ਼ਮ ਕਿਸਾਨਾਂ ਨੂੰ ਕਲਾਵੇ 'ਚ ਲੈ ਕੇ ਪਾਸੇ ਕਰਦੇ ਦੇਖੇ ਗਏ। ਮੁੱਖ ਮੰਤਰੀ ਦੇ ਕਮਾਂਡੋ ਖੁਦ ਗੱਡੀ ਵਿੱਚੋਂ ਉਤਰੇ ਤੇ ਮੁੱਖ ਮੰਤਰੀ ਦੀ ਗੱਡੀ ਲਈ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ। ਸਥਿਤੀ ਨੂੰ ਦੇਖਦੇ ਆ ਇੱਕ ਵਾਰ ਕਾਫਲੇ ਨੂੰ ਅਮਰ ਪੈਲੇਸ ਹੋਟਲ ਵੱਲ ਮੋੜਿਆ ਗਿਆ ਤੇ ਉਸ ਤੋਂ ਬਾਅਦ ਪੁਰਾਣੇ ਹਿਸਾਰ ਰੋਡ ਪੋਲ ਤੋਂ ਮੁੱਖ ਮੰਤਰੀ ਦੀ ਗੱਡੀ ਨੂੰ ਰਵਾਨਾ ਕੀਤਾ ਗਿਆ ਕਿਸਾਨਾਂ ਨੇ ਬੀਜੇਪੀ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਕਿਸਾਨ ਕਹਿ ਰਹੇ ਸੀ ਕਿ ਜਦੋਂ ਤੱਕ ਬੀਜੇਪੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਉਹ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ ਬੀਜੇਪੀ ਜਿੱਥੇ ਕਿਤੇ ਵੀ ਚੋਣ ਲੜੇਗੀ ਉੱਥੇ ਅਸੀਂ ਵਿਰੋਧ ਕਰਾਂਗੇ ਦ ਇੰਡੀਅਨ ਨੈਸ਼ਨਲ ਲੋਕ ਦਲ ਦੇ ਲੀਡਰ ਅਬੇ ਚੋਟਾਲਾ ਨੇ ਕੱਲ ਕਿਹਾ ਕਿ ਪੰਜਾਬ ਵੱਲੋਂ ਐਸਵਾਈਐਲ ਦੇ ਪਾਣੀ ਦਾ ਹਿੱਸਾ ਦੇਣ ਤੱਕ ਹਰਿਆਣਾ ਨੂੰ ਪੰਜਾਬ ਨਾਲ ਲੱਗਦੇ ਆਪਣੇ ਬਾਰਡਰ ਬੰਦ ਕਰਕੇ ਲੋਕਾਂ ਦੇ ਸਮਾਨ ਦੀ ਆਵਾਜਾਈ ਬੰਦ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਖੱਟਰ ਸਰਕਾਰ ਪੰਜਾਬ ਤੋਂ ਇਸ ਮਸਲੇ ਦਾ ਬਸਲੇ ਦਾ ਹੱਲ ਕਰਵਾਉਣ ਦਾ ਫੈਸਲਾ ਲੈਂਦੀ ਹੈ ਤਾਂ ਉਹ ਸਰਕਾਰ ਨੂੰ ਸਮਰਥਨ ਦੇਣਗੇ। ਚਟਾਲਾ ਨੇ ਕਿਹਾ ਕਿ ਆਓ ਸਰਕਾਰ ਨੂੰ ਅੱਜ ਫੈਸਲਾ ਕਰਨ ਦੇਈਏ ਜਦੋਂ ਤੱਕ ਸਾਨੂੰ ਆਪਣੇ ਹਿੱਸੇ ਦਾ ਪਾਣੀ ਨਹੀਂ ਮਿਲ ਜਾਂਦਾ ਅਸੀਂ ਉਦੋਂ ਤੱਕ ਸਰਕਾਰ ਦਾ ਸਮਰਥਨ ਕਰਾਂਗੇ ਅਸੀਂ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਬਾਰਡਰਾਂ ਤੋਂ ਕਿਸੇ ਨੂੰ ਦਾਖਲ ਨਹੀਂ ਹੋਣ ਦੇਵਾਂਗੇ ਸੋ ਬੀਜੇਪੀ ਦੇ ਵੱਲੋਂ ਲਗਾਤਾਰ ਇਹ ਐਸਵਾਈਐਲ ਦਾ ਮੁੱਦਾ ਢੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਭੁਖ ਹੜਤਾਲ ਵੀ ਪੂਰੇ ਹਰਿਆਣਾ ਦੇ ਵਿੱਚ ਕਰਨ ਦੀ ਕੋਸ਼ਿਸ਼ ਦੇ ਵਿੱਚ ਸਨ ਬੀਜੇਪੀ ਲੀਡਰ ਪਰ ਕਿਸਾਨਾਂ ਨੇ ਵਿਰੋਧ ਕਰਕੇ ਉਹਨਾਂ ਨੂੰ ਭਜਾ ਦਿੱਤਾ ਸੀ ਉਧਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਲਗਾਤਾਰ ਮੋਰਚੇ ਜਾਰੀ ਨੇ ਜੇ ਇੱਕ ਟਰਾਲੀ ਜਾ ਰਹੀ ਹੈ ਤਾਂ 11 ਟਰਾਲੀਆਂ ਵਾਪਸ ਆ ਰਹੀਆਂ ਨੇ ਕੱਲ ਕਿਸਾਨ ਲੀਡਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਲੀਡਰ ਨੇ ਜਾਣਕਾਰੀ ਦਿੱਤੀ ਕਿ ਅਸੀਂ ਸਰਵੇ ਕਰਵਾਇਆ ਸੀ ਸੜਕਾਂ ਦੇ ਉੱਤੇ ਜਾ ਕੇ ਆਪਣੇ ਕੁਝ ਵੋਲੰਟੀਅਰ ਅਸੀਂ ਭੇਜੇ ਸੀ ਪਤਾ ਲੱਗਿਆ ਕਿ ਇੱਕ ਟਰਾਲੀ ਜੇ ਸਿੰਘੂ ਬਾਰਡਰ ਤੋਂ ਵਾਪਸ ਜਾ ਰਹੀ ਹੈ ਤਾਂ 11 ਟਰਾਲੀਆਂ ਉਸ ਦੇ ਬਦਲੇ ਵਾਪਸ ਆ ਰਹੀਆਂ ਨੇ ਦਿੱਲੀ ਨੂੰ ਇਸੇ ਦੌਰਾਨ ਕਿਸਾਨ ਲੀਡਰਾਂ ਨੇ 25 26 ਤੇ 27 ਦਸੰਬਰ ਨੂੰ ਹਰਿਆਣਾ ਦੇ ਟੋਲ ਪਲਾਜ਼ੇ ਮੁਫਤ ਕਰਵਾਉਣ ਦਾ ਸੱਦਾ ਵੀ ਲੋਕਾਂ ਨੂੰ ਦਿੱਤਾ ਹੈ ਤੇ ਇਹ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੈ ਤੇ ਗ੍ਰਾਹਾਂ ਜਥੇਬੰਦੀ ਨੇ ਵੀ ਇਸ ਸੱਦੇ ਦੀ ਹਮਾਇਤ ਕੀਤੀ ਹੈ ਕਿ ਹੈ ਕਿ ਸਾਡੀ ਜਥੇਬੰਦੀ ਦੇ ਵੱਲੋਂ ਵੀ 25 26 ਤੇ 27 ਸੰਬਰ ਨੂੰ ਟੋਲ ਪਲਾਜ਼ੇ ਫ੍ਰੀ ਕਰਵਾਏ ਜਾਣਗੇ ਯਾਨੀ ਕਿ ਲੋਕਾਂ ਨੂੰ ਟੋਲ ਪਲਾਜ਼ਿਆਂ ਤੋਂ ਬਿਨਾ ਪਰਚੀ ਕਟਾਇ ਲੰਗਾਇਆ ਜਾਵੇਗਾ ਉਧਰ ਦਿੱਲੀ ਮੋਰਚੇ ਵਿੱਚ ਜਾ ਰਹੇ ਮੁਨੀਮਾਂ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਮਾਛੀਵਾੜਾ ਦੇ ਆੜਤੀਆਂ ਕੋਲ ਕੰਮ ਕਰਦੇ ਮੁਨੀਮਾਂ ਦੀ ਬੱਸ ਰਾਹ ਵਿੱਚ ਹਾਦਸਾ ਗ੍ਰਸਤ ਹੋ ਗਈ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਨੇ ਤੇ ਬਾਕੀਆਂ ਦਾ ਬਚਾਅ ਹੋ ਗਿਆ ਕਿਸਾਨ ਅੰਦੋਲਨ ਦੇ ਹਮਾਇਤ ਦੇ ਵਿੱਚ ਮਾਛੀਵਾੜਾ ਅਨਾਜ ਮੰਡੀ 22 ਤੋਂ 25 ਦਸੰਬਰ ਤੱਕ ਮੁਕੰਮਲ ਬੰਦ ਰੱਖੀ ਗਈ ਹੈ ਆੜਤੀਆਂ ਦੇ ਕੋਲ ਕੰਮ ਕਰਦੇ 50 ਤੋਂ ਵੱਧ ਮੁਨੀਮ ਕੱਲ ਬੱਸ ਰਾਹੀਂ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਸੀ ਸੰਗਣੀ ਤੋਂ ਦੂਰ ਕਾਰਨ ਜ਼ਿਰਖਪੁਰ ਨੇੜੇ ਉਹਨਾਂ ਦੀ ਬੱਸ ਸੜਕ ਕਿਨਾਰੇ ਖ ਇਹ ਹਾਦਸੇ ਵਿੱਚ 12 ਤੋਂ ਵੱਧ ਮਨੀਮਾਂ ਨੂੰ ਸੱਟਾਂ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਰਿਆ। ਸਾਧ세 ਤੋਂ ਬਾਅਦ ਅਜਿਹਾ ਮੁਨੀਮਾ ਦੇ ਸੱਟਾਂ ਲੱਗੀਆਂ ਉਹ ਵਾਪਸ ਘਰ ਪਰਤ ਗਏ ਪਰ ਬਾਕੀ 40 ਦੇ ਕਰੀਬ ਮੁਨੀਮ ਜ਼ੀਰਖਪੁਰ ਤੋਂ ਅੱਗੇ ਹੋਰ ਬਸ ਰਹੀ ਦਿੱਲੀ ਰਵਾਨਾ ਹੋ ਗਏ ਉਦਾਸ ਕਰਨ ਵਾਲੀ ਇੱਕ ਹੋਰ ਖਬਰ ਹੈ ਕਿ ਦਿੱਲੀ ਦੇ ਕਿਸਾਨ ਮੋਰਚੇ ਤੋਂ ਪਰਤ ਰਹੇ ਜਾਂਗਪੁਰ ਦੇ ਹਰਮਿੰਦਰ ਸਿੰਘ ਰਾਏ 31 ਸਾਲਾ ਦੇ ਨੌਜਵਾਨ ਕਿਸਾਨ ਦੀ ਧਨੋਲਾ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਦੋਸਤ ਗੁਰਜੀਤ ਸਿੰਘ ਜ਼ਖਮੀ ਹੋ ਗਿਆ ਹਰਮਿੰਦਰ ਸਿੰਘ ਬੀਤੀ ਰਾਤ ਆਪਣੇ ਦੋਸਤ ਗੁਰਜੀਤ ਸਿੰਘ ਨਾਲ ਮੋਟਰਸਾਈਕਲ ਤੇ ਘਰ ਵਾਪਸ ਆ ਰਿਹਾ ਸੀ ਧਨੋਲਾ ਨੇੜੇ ਉਹਨਾਂ ਦਾ ਮੋਟਰਸਾਈਕਲ ਆਵਾਰਾ ਪਸ਼ੂ ਦੇ ਨਾਲ ਟਕਰਾ ਗਿਆ ਇਸ ਦੌਰਾਨ ਹਰਮਿੰਦਰ ਸਿੰਘ ਦੀ ਮੌਤ ਹੋ ਗਈ ਹੋ ਗਿਆ ਕਿਸਾਨ ਜਥੇਬੰਦੀਆਂ ਨੇ ਪੀੜਿਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਕਰਜ਼ਾ ਮਾਫੀ ਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ ਉਦੋਂ ਤੱਕ ਹਰਮਿੰਦਰ ਸਿੰਘ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ। ਅਮਦੋਟ ਦੇ ਥਾਣਾ ਲੱਖੂ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਕਰੀਕਲਾਂ ਦੇ ਇੱਕ ਕਿਸਾਨ ਨੇ ਸਰਕਾਰੀ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਕੱਲ ਖੁਦਕੁਸ਼ੀ ਕਰ ਲਈ। ਕਿਸਾਨ ਕੁਲਵੀਰ ਸਿੰਘ ਬੀਤੇ ਦਿਨ ਹੀ ਦਿੱਲੀ ਧਰਨੇ ਤੋਂ ਪਰਤਿਆ ਸੀ ਤੇ ਖੇਤੀ ਕਾਨੂੰਨ ਰੱਦ ਨਾ ਹੋਣ ਕਾਰਨ ਪਰੇਸ਼ਾਨ ਸੀ ਜਿਸ ਤੋਂ ਬਾਅਦ ਕੱਲ ਤੜਕਸਰਫਾ ਹਲਾਕੇ ਖੁਦਕੁਸ਼ੀ ਕਰ ਲਈ। ਕੁਲਬੀਰ ਸਿੰਘ ਦੇ ਸਿਰ ਤੇ 8 ਲੱਖ ਰੁਪਏ ਦਾ ਕਰਜ਼ਾ ਸੀ ਤੇ ਉਧਰ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਲੋਂ ਹੁਣ 200 ਤੋਂ ਵੀ ਵੱਧ ਥਾਵਾਂ ਤੇ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਹੜੇ ਪਹਿਲਾਂ 100 ਤੋਂ ਵੱਧ ਥਾਵਾਂ ਤੇ ਸਨ ਕਿਸਾਨਾਂ ਨੇ ਕੌਮੀ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਵੱਡੇ ਪੱਧਰ ਤੇ ਭੁਖ ਹੜਤਾਲ ਦਾ ਐਲਾਨ ਕੀਤਾ ਹੈ ਯਾਨੀ ਕਿ ਅੱਜ ਇੱਕ ਡੰਗ ਦੀ ਰੋਟੀ ਨਹੀਂ ਖਾਧੀ ਜਾਏਗੀ ਇਸ ਮੌਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਨਹੀਂ ਸੰਗਰਾਮ ਕਰਨ ਦਾ ਹੌਕਾ ਵੀ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਜਿਹੜੇ ਪੰਜਾਬ ਦੇ ਵਿੱਚ ਮੋਰਚਿਆਂ ਤੇ ਡਟੇ ਹੋਏ ਨੇ ਸੰਘਰਸ਼ ਦੌਰਾਨ ਵਿਛੜੇ ਕਿਸਾਨਾਂ ਦੀ ਯਾਦ ਵਿੱਚ 200 ਤੋਂ ਵੱਧ ਥਾਵਾਂ ਤੇ ਸ਼ਰਧਾਂਜਲੀ ਸਮਾਗਮ ਕੱਲੇ ਪੰਜਾਬ ਦੇ ਵਿੱਚ ਕਰਵਾਏ ਗਏ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਦੇ ਡਾਕਟਰ ਵੀ ਨਿਤਰ ਗਏ ਨੇ ਡਾਕਟਰਾਂ ਨੇ ਦਿੱਲੀ ਦੀਆਂ ਹੱਦਾਂ ਉੱਤੇ ਹੱਕ ਸੱਚ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੋਰਚਾ ਫਤਿਹ ਹੋਣ ਤੱਕ ਮੁਫਤ ਡਾਕਟਰੀ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਕਿਸਾਨ ਦਾ ਪਰਿਵਾਰਿਕ ਮੈਂਬਰ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਕੇ ਮੁਫਤ ਦਵਾਈ ਦੀ ਸਹੂਲਤ ਲੈ ਸਕਦਾ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਉੱਤੇ ਪਹਿਲੇ ਦਿਨ ਤੋਂ ਕਿਸਾਨਾਂ ਨੂੰ ਡਾਕਟਰੀ ਸਹੂਲਤਾਂ ਦੇ ਕੇ ਅਸੀਂ ਹਮਾਇਤ ਕਰ ਰਹੇ ਹਾਂ। ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਕੱਲ ਸਿੱਖ ਸੰਸਥਾਾਂਾਂ ਵਿੱਚ ਚੀਫ ਖਾਲਸਾ ਦੀਵਾਨ ਤੇ ਖਾਲਸਾ ਕਾਲਜ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹਾਂ। ਇਹਨਾਂ ਸੰਸਥਾਵਾਂ ਦੇ ਵਿੱਚੋਂ ਭਾਜਪਾ ਲੀਡਰਾਂ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਹੈ। ਕਿਤੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਿੱਖ ਕਾਰਕੁਨਾਂ ਨੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਵਿੱਚ ਬਤੌਰ ਆਨਰੇਰੀ ਸਖਤਰ ਕੰਮ ਕਰ ਰਹੇ ਰਜਿੰਦਰ ਮੋਹਨ ਸਿੰਘ ਛੀਨਾ ਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਵਜੋਂ ਸਾਬਕਾ ਪੁਲਿਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਸਿੱਖ ਸੰਸਥਾਵਾਂ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਹ ਲੀਡਰ ਬੀਜੇਪੀ ਨਾਲ ਸੰਬੰਧਿਤ ਨੇ ਤੇ ਬੀਜੇਪੀ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਹੀ ਹੈ ਤੇ ਇਹ ਲੀਡਰ ਵੀ ਕਰ ਰਹੇ ਨੇ ਇਸ ਕਰਕੇ ਇਹਨਾਂ ਨੂੰ ਸਿਕਸ ਸੰਸਥਾਵਾਂ ਚੋਂ ਬਾਹਰ ਦਾ ਰਾਹ ਦਿਖਾਉਣਾ ਚਾਹੀਦਾ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿੱਚ ਲੋਕਪਲਾਈ ਇਨਸਾਫ ਵੈਲਫੇਅਰ ਸੁਸਾਇਟੀ ਅਕਾਲ ਯੂਥ ਆਵਾਜ਼-ਏ-ਕੌਮ ਤੇ ਹੋਰ ਜਥੇਬੰਦੀਆਂ ਸ਼ਾਮਿਲ ਸਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਪੂਰਾ ਸਾਹਿਬ ਵਿਖੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਦੇ ਵੱਲੋਂ ਬੀਤੇ ਦਿਨ ਅਖੰਡ ਪਾਠ ਦੇ ਭੋਗ ਮੌਕੇ ਕੀਤੀ ਸ਼ਮੂਲੀਅਤ ਨੂੰ ਲੈ ਕੇ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਤੇ ਫਲਾਈਂਗ ਵਿਭਾਗ ਦੀ ਟੀਮ ਨੇ ਇੰਸਪੈਕਟਰ ਸਤਨਾਮ ਸਿੰਘ ਰਿਆੜ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਟੀਮ ਵੱਲੋਂ ਸੀਸੀਟੀ ਕੈਮਰਿਆਂ ਦੀ ਮਦਦ ਰਾਹੀਂ ਜਾਣਕਾਰੀ ਹਾਸਲ ਕੀਤੀ ਗਈ ਕਿ ਲੰਗਾ ਗੁਰਦੁਆਰੇ ਵਿੱਚ ਕਿੰਨੇ ਵਜੇ ਤੇ ਕਿਵੇਂ ਪਹੁੰਚਿਆ ਸੀ ਅਖੰਡ ਪਾਠ 19 ਦਸੰਬਰ ਨੂੰ ਆਰ ਨੂੰ ਪਾਇਆ ਗਿਆ ਪਰ ਲੰਗਾ 21 ਦਸੰਬਰ ਦੇ ਪ੍ਰੋਗਰਾਮ ਵਿੱਚ ਹੀ ਪਹੁੰਚਿਆ ਸੀ ਕੈਮਰੇ ਰਾਹੀਂ ਪਤਾ ਲੱਗਿਆ ਕਿ ਲੰਗਾ ਨੇ ਦਰਸ਼ਨੀ ਡੂੜੀ ਦੇ ਬਾਹਰ ਗੱਡੀ ਖੜੀ ਕਰਕੇ ਮੂੰਹ ਟੱਕਿਆ ਹੋਇਆ ਸੀ ਤੇ ਸਿੱਧਾ ਭੋਰਾ ਸਾਹਿਬ ਵਿੱਚ ਦਾਖਲ ਹੋਇਆ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਗ੍ਰੰਥੀ ਸਿੰਘ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਅਤੇ ਸ਼ਹੀਦ ਸਾਹਿਬਜ਼ਾਦਾ ਬਾਬਾ ਜ਼ੁਰਾ ਵਰ ਸਿੰਘ ਅਤੇ ਹੋਰ ਚਮਕੌਰ ਸਾਹਿਬ ਦੀ ਜੰਗ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾ ਸ਼ਹੀਦੀ ਜੋੜ ਮੇਲ ਕੱਲ ਗੁਰਦੁਆਰਾ ਗੜੀ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਅਤੇ ਨਿਹੰਗ ਸਿੰਘਾਂ ਦੇ ਮੁਹੱਲੇ ਦੇ ਨਾਲ ਸਮਾਪਤ ਹੋ ਗਿਆ ਚਮਕੌਰ ਸਾਹਿਬ ਵਿਖੇ ਸਾਰੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ ਇਸ ਤੋਂ ਬਾਅਦ ਹੁਣ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਯਾਦ ਨੂੰ ਸਮਰਪਿਤ ਅਤੇ ਮਾਤਾ ਗੁਜਰਕੌਰ ਦੀ ਯਾਦ ਨੂੰ ਸਮਰਪਿਤ ਫਤਿਹਗੜ੍ਹ ਸਾਹਿ ਵਿਖੇ ਤਿੰਨ ਦਿਨਾਂ ਸਮਾਗਮ ਸ਼ੁਰੂ ਹੋ ਜਾਣਗੇ ਅਸੀਂ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਲੋਕ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੇ ਮੌਕੇ ਸ਼ਹੀਦਾਂ ਦੀ ਧਰਤੀ ਤੇ ਨਤਮਸਤ ਖੋਣ ਲਈ ਨਹੀਂ ਜਾ ਸਕਦੇ ਉਹਨਾਂ ਦੇ ਲਈ ਦਾ ਖਾਲਸ ਟੀਵੀ ਧਰਮ ਤੇ ਅਸੀਂ ਰੋਜ਼ਾਨਾ ਲਾਈਵ ਪ੍ਰੋਗਰਾਮ ਇਹਨਾਂ ਸਮਾਗਮਾਂ ਦਾ ਦਿਖਾਉਂਦੇ ਹਾਂ ਤੇ ਤੁਸੀਂ ਰੋਜ਼ਾਨਾ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਤੇ ਸ਼ਹੀਦੀ ਸਮਾਗਮਾਂ ਦੇ ਵਿੱਚ ਘਰ ਬੈਠੇ ਸ਼ਾਮਿਲ ਹੋ ਸਕਦੇ ਹੋ ਇਹਦੇ ਲਈ ਤੁਸੀਂ ਦਾ ਖਾਲਸ ਟੀਵੀ ਧਰਮ ਦੇ YouTube ਪੇਜ ਤੇ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਨਨਕਾਣਾ ਸਾਹਿਬ ਸਾਕੇ ਦੇ ਸ਼ਤਾਬ ਦੀ ਵਰੀ ਮੋਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸੰਗਤ ਦਾ ਵੱਡਾ ਜਥਾ ਭੇਜਣ ਦੀ ਯੋਜਨਾ ਹੈ ਨਨਕਾਣਾ ਸਾਹਿਬ ਸਾਕਾ ਫਰਵਰੀ 2021 ਨੂੰ ਆ ਰਿਹਾ ਹੈ ਵਿਜੇਗਿਰਕੌਰ ਨੇ ਦੱਸਿਆ ਕਿ ਇਸ ਸਬੰਧੀ ਪਾਕਿਸਤਾਨ ਵਿੱਚ ਪੀਜੀਪੀਸੀ ਲੀਡਰਾਂ ਨਾਲ ਗੱਲਬਾਤ ਹੋ ਚੁੱਕੀ ਹੈ ਜਿਨ੍ਹਾਂ ਨੂੰ ਇਸ ਮੌਕੇ 5000 ਤੋਂ ਵੱਧ ਅਸ਼ਰਦਾਲੂਆਂ ਨੂੰ ਵੀਜ਼ੇ ਦਿਵਾਉਣ ਲਈ ਕਿਹਾ ਗਿਆ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਐਲਾਨ ਕੀਤਾ ਹੈ ਕਿ ਉਹ 23 ਦਸੰਬਰ ਨੂੰ ਕੌਮੀ ਕਿਸਾਨ ਦਿਹਾੜੇ ਮੌਕੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਗਟ ਕਰਦਿਆਂ ਭੁਖਟਾਲ ਤੇ ਬੈਠਣਗੇ ਸਿੰਘਲਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇੱਕ ਵਾਰ ਫਿਰ ਸ਼ਬਦ ਦੀਵਾਰ ਕੀਤਾ ਹੈ ਕੈਪਟਨ ਨੇ ਕੇਜਵਾਲ ਨੂੰ ਸਖੰਦ੍ਰੂ ਸਿਆਸਤਦਾਨ ਦੱਸਿਆ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਸਪਸ਼ਟ ਕਰਦੇ ਹਾਂ ਕਿ ਹੈ ਕਿ ਇਸ ਮੀਟਿੰਗ ਵਿੱਚ ਸਿਰਫ ਇੱਕੋ ਏਜੰਡਾ ਕੌਮੀ ਸੁਰੱਖਿਆ ਦਾ ਸੀ ਸਰਹੱਦੀ ਸੂਬੇ ਦੇ ਗ੍ਰਹਿ ਮੰਤਰੀ ਵਜੋਂ ਉਹ ਦੁਸ਼ਮਣ ਦੇਸ਼ ਦਾ ਸਾਹਮਣਾ ਕਰ ਰਹੇ ਨੇ ਜਿਸ ਕਾਰਨ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸੂਬੇ 'ਚ ਚੱਲ ਰਹੀਆਂ ਗਤੀਵਿਧੀਆਂ ਦੇ ਬਾਰੇ ਭਾਰਤ ਸਰਕਾਰ ਨੂੰ ਜਾਣੂ ਕਰਵਾਇਆ ਜਾਵੇ ਕੈਪਟਨ ਨੇ ਕਿਹਾ ਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਆਪਣੇ ਪਰਿਵਾਰ ਤੇ ਚੱਲ ਰਹੇ ਈਡੀ ਕੇਸਾਂ ਦੇ ਸੰਬੰਧ ਵਿੱਚ ਮਿਲੇ ਸੀ ਉਹਨਾਂ ਕੇਜਰੀਵਾਲ ਤੇ ਵਰਦਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਸਿਆਸਤ ਦਾ ਚਮਕਾਉਣ ਲਈ ਮੇਰੇ ਖਿਲਾਫ ਝੂਠੀ ਮੁਹਿੰਮ ਚਲਾ ਰਹੀ ਹੈ ਕੇਜਰੀਵਾਲ ਨੂੰ ਖੇਤੀ ਕਾਨੂੰਨਾਂ ਬਾਰੇ ਚੁਣੌਤੀ ਦਿੰਦਿਆਂ ਕੈਪਟਨ ਨੇ ਕਿਹਾ ਕਿ ਤੁਹਾਡੀ ਸਰਕਾਰ ਨੇ ਪਹਿਲਾਂ ਤਾਂ ਇਸ ਖੇਤੀ ਕਾਨੂੰਨ ਨੂੰ ਨੋਟੀਫਾਈ ਕਰ ਦਿੱਤਾ ਹੁਣ ਕਿਸਾਨਾਂ ਪ੍ਰਤੀ ਝੂਠੀ ਹਮਦਰਦੀ ਦਿਖਾ ਕੇ ਇਸ ਨਾਜ਼ੁਕ ਮੁੱਦੇ ਤੇ ਕਿਸਾਨਾਂ ਦਾ ਹਮਦਰਦ ਹੋਣ ਦਾ ਤੁਸੀਂ ਪ੍ਰਗਟਾਵਾ ਕਰ ਰਹੇ ਹੋ ਖਬਰਾਂ ਦੇ ਦਰਮਿਆਨ ਇਹ ਵੀ ਤੁਹਾਨੂੰ ਖਬਰ ਦੱਸਦੀ ਹੈ ਕਿ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੋਸਤੀ ਨਿਭਾਉਂਦਿਆਂ ਉਹਨਾਂ ਨੂੰ ਲੀਜ਼ਨ ਆਫ ਮੈਰਿਟ ਸਨਮਾਨ ਦਿੱ ਮੋਦੀ ਨੂੰ ਇਹ ਸਨਮਾਨ ਦਵੱਲੀ ਰਣਨੀਤਿਕ ਪਾਈਵਾਲੀ ਨੂੰ ਉੱਚਾ ਚੁੱਕਣ ਤੇ ਆਲਮੀ ਤਾਕਤ ਵਜੋਂ ਭਾਰਤ ਦੇ ਉਭਾਰ ਦੀ ਰਫ਼ਤਾਰ ਤੇਜ਼ ਕਰਨ ਲਈ ਦਿੱਤਾ ਗਿਆ ਹੈ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਸਨਮਾਨ ਹਾਸਲ ਕੀਤਾ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਸੰਖੇਪ ਨੇ ਕਿਹਾ ਕਿ ਕੋਵਿਡ-19 ਕਾਰਨ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਅਗਲੇ ਸਾਲ ਫਰਵਰੀ ਤੱਕ ਨਹੀਂ ਲਈਆਂ ਜਾਣਗੀਆਂ ਯਾਨੀ ਕਿ ਫਰਵਰੀ ਤੋਂ ਪਹਿਲਾਂ ਬੋਰਡ ਦੇ ਪੇਪਰ ਨਹੀਂ ਹੋਣਗੇ ਉਹਨਾਂ ਨੇ ਕਿਹਾ ਕਿ ਹਾਲਾਤ ਦੀ ਸਮੀਖਿਆ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਲਿਆ ਜਾਏਗਾ ਕਰੋਨਾ ਵਾਇਰਸ ਦੇ ਨਾਲ ਜੁੜੀਆਂ ਕੁਝ ਜਾਣਕਾਰੀਆਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਲੰਡਨ ਤੋਂ ਪਹੁੰਚੇ ਯਾਤਰੀਆਂ ਨੇ ਹੰਗਾਮਾ ਕੀਤਾ ਲੰਡਨ ਤੋਂ ਆਈ ਹਵਾਈ ਉਡਾਨ ਰਾਹੀਂ ਪਹੁੰਚੇ 264 ਯਾਤਰੀਆਂ ਵਿੱਚੋਂ 8 ਜਣੇ ਕਰੋਨਾ ਪੋਜ਼ੀਟਿਵ ਵੀ ਮਿਲੇ ਨੇ ਇਹ ਬੀਤੀ ਦੇਰ ਰਾਤ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਪਹੁੰਚੇ ਸੀ ਯਾਤਰੀਆਂ ਨੂੰ ਲੈਣ ਪਹੁੰਚੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਦੇ ਵੱਲੋਂ ਹਵਾਈ ਅੱਡਾ ਪ੍ਰਬੰਧਕਾਂ ਖਿਲਾਫ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਲੰਡਨ ਤੋਂ ਅਮਰੀਕਸਰ ਪਹੁੰਚੀ ਹਵਾਈ ਉਡਾਣ ਦੇ ਸਾਰੇ 264 ਯਾਤਰੀਆਂ ਦੇ ਕਰੋਨਾ ਸਬੰਧੀ ਆਰਟੀਪੀਸੀਆ ਟੈਸਟ ਕਰਵਾਏਗੇ ਜਿਨ੍ਹਾਂ ਵਿੱਚੋਂ 8 ਜਣਾਂ ਦੇ ਟੈਸਟਾਂ ਦੇ ਨਤੀਜੇ ਪੋਜ਼ਿਟਿਵ ਆਏ ਨੇ ਇਹਨਾਂ ਦੇ ਵਿੱਚੋਂ 6 ਮਰਦ ਤੇ 2 ਔਰਤਾਂ ਨੇ ਇਹਨਾਂ ਨੂੰ ਇਕਾਂਤ ਵਾਸ ਭੇਜ ਦਿੱਤਾ ਗਿਆ ਇੰਗਲੈਂਡ ਵਿੱਚ ਕਰੋਨਾ ਦਾ ਨਵਾਂ ਦੌਰ ਆਰੰਭ ਹੋਣ ਤੋਂ ਬਾਅਦ ਉੱਥੋਂ ਆਉਣ ਵਾਲੀ ਹਵਾਈ ਸੇਵਾ 31 ਦਸੰਬਰ ਤੱਕ ਭਾਰਤ ਸਰਕਾਰ ਨੇ ਬੰਦ ਕਰ ਦਿੱਤੀ ਹੈ ਸਾਰੇ ਹੁਕਮ ਜਾਰੀ ਹੋਣ ਤੋਂ ਪਹਿਲਾਂ ਹੀ ਇਹ ਜਿਹੜੀ ਹਵਾਈ ਉਡਾਣ ਹੈ ਉੱਥੋਂ ਰਵਾਨਾ ਹੋ ਚੁੱਕੀ ਸੀ ਇਸ ਕਰਕੇ ਸਾਰੇ ਯਾਤਰੀਆਂ ਦਾ ਕਰੋਨਾ ਟੈਸਟ ਕਰਾਉਣ ਦੇ ਹੁਕਮ ਜਾਰੀ ਕਰ ਦਿੱਤੇ ਇਸ ਕੰਮ ਲਈ ਸਿਹਤ ਵਿਭਾਗ ਦੀਆਂ 4 ਟੀਮਾਂ ਤਾਇਨਾਤ ਕੀਤੀਆਂ ਗਈਆਂ ਜਿਨ੍ਹਾਂ ਨੇ ਸਾਰੀ ਰਾਤ ਟੈਸਟਿੰਗ ਲਈ ਕੰਮ ਕੀਤਾ ਟੈਸਟ ਦੇ ਨਤੀਜੇ ਆਉਣ ਵਿੱਚ ਵਧੇਰੇ ਸਮਾਂ ਲੱਗਦਾ ਪਰ ਸਿਹਤ ਵਿਭਾਗ ਦੀ ਟੀਮ ਨੇ ਇਹ ਕੰਮ ਅੱਧੇ ਸਮੇਂ ਵਿੱਚ ਕਹਿੰਦੇ ਮੁਕੰਮਲ ਕੀਤਾ ਉਨਾ ਕਿਹਾ ਕਿ ਪ੍ਰਸ਼ਾਸਨ ਦੀ ਮਨਸ਼ਾ ਕਿਸੇ ਨੂੰ ਤੰਗ ਕਰਨਾ ਨਹੀਂ ਸੀ ਪਰ ਨਵੇਂ ਖਤਰੇ ਤੋਂ ਬਚਾਉਣ ਲਈ ਕੋਈ ਲਾਪਰਵਾਹੀ ਨਹੀਂ ਕੀਤੀ ਜਾ ਸਕਦੀ ਇਸ ਦਰਮਿਆਨ ਜੋ ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਇਹਦੇ ਵਿੱਚ ਡਾਕਟਰਾਂ ਦੇ ਨਾਲ ਤੱਕਾ ਮੁਕੀ ਵੀ ਕੀਤੇ ਜਾਣ ਦੀ ਖਬਰ ਹੈ ਕਿਉਂਕਿ ਯਾਤਰੀਆਂ ਨੂੰ 에ਅਰਪੋਰਟ ਤੋਂ ਬਾਹਰ ਆਉਣ ਦੇ ਲਈ 8 ਘੰਟੇ ਦਾ ਸਮਾਂ ਲੱਗਿਆ ਉਹਨਾਂ ਦੇ ਕੋਰੋਨਾ ਟੈਸਟ ਕੀਤੇ ਗਏ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਯਾਤਰੀਆਂ ਨੂੰ 에ਅਰਪੋਰਟ ਤੋਂ ਬਾਹਰ ਭੇਜਿਆ ਗਿਆ ਯਾਤਰੀਆਂ ਨੇ ਕਿਹਾ ਕਿ ਆਉਣ ਤੋਂ ਪਹਿਲਾਂ ਹੀ ਉਹ ਕਰੋਨਾ ਟੈਸਟ ਕਰਵਾ ਕੇ ਆਏ ਸੀ ਜਿਹਦਾ ਨਤੀਜਾ ਨੈਗੇਟਿਵ ਸੀ ਪਰ باوجود ਇਸ ਤੇ ਉਤਾਂ ਦਾ ਟੈਸਟ ਕੀਤਾ ਗਿਆ ਤੇ ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹਨਾਂ ਨੂੰ ਠੰਡ ਵਿੱਚ ਬਾਹਰ ਲੰਮੀ ਉਡੀਕ ਕਰਨੀ ਪਈ ਹਵਾਈ ਅੱਡਾ ਪ੍ਰਸ਼ਾਸਨ ਨੇ ਕਿਹਾ ਕਿ ਇਸ ਸੰਬੰਧੀ ਪਹਿਲਾਂ ਹੀ ਮੀਡੀਆ ਰਾਹੀਂ ਯਾਤਰੀਆਂ ਨੂੰ ਲੈਣ ਆ ਰਹੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਹਰੇਕ ਯਾਤਰੀ ਦਾ ਕਰੋਨਾ ਟੈਸਟ ਲਾਜ਼ਮੀ ਹੋਣ ਕਾਰਨ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਵਿੱਚ 5 ਤੋਂ 6 ਘੰਟੇ ਦਾ ਵਾਧੂ ਸਮਾਂ ਲੱਗੇਗਾ ਤੇ ਯਾਤਰੀਆਂ ਦੀ ਮਦਦ ਲਈ ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਰਾਤ ਦਾ ਭੋਜਨ ਫਲਾਂ ਤੇ ਜੂਸ ਦਾ ਪ੍ਰਬੰਧ ਵੀ ਕੀਤਾ ਗਿਆ ਬੱਚਿਆਂ ਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਤੇ ਉਧਰ ਪੰਜਾਬ ਸਰਕਾਰ ਨੇ ਇੰਗਲੈਂਡ ਵਿੱਚ ਪਾਏ ਗਏ ਨਵੇਂ ਸਾਰਸ ਯਾਨੀ ਕਿ ਐਸਈਆਰਐਸ ਕੋਵਿਡ-2 ਵਾਇਰਸ ਦੇ ਮੱਦੇਨਜ਼ਰ ਮਹਾਮਾਰੀ ਸੰਬੰਧੀ एसओपी वी जारी ਕਰ ਦਿੱਤੀ ਹੈ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਇੰਗਲੈਂਡ ਤੋਂ ਆਉਣ ਜਾਣ ਵਾਲੇ ਯਾਤਰੀਆਂ ਦੀ ਨਿਗਰਾਨੀ ਤੇ ਟੈਸਟ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਯੂਕੇ ਤੋਂ ਭਾਰਤ ਪਹੁੰਚੇ 262 ਯਾਤਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਸੈਂਪਲ ਲੈਂਡ ਪਿੱਛੋਂ ਵੱਖਰੀ ਥਾਂ ਤੇ ਨਿਗਰਾਨੀ ਹੀਟ ਰੱਖਿਆ ਗਿਆ ਜਿਨ੍ਹਾਂ ਵਿੱਚੋਂ 8 ਯਾਤਰੀ ਪੋਜ਼ਿਟਿਵ ਪਾਏ ਗਏ ਜਿਨ੍ਹਾਂ ਨੂੰ ਇਕਾਂਤ ਵਾਸ ਕਰ ਦਿੱਤਾ ਗਿਆ ਇਸ ਦੌਰਾਨ ਭਾਰਤ ਸਰਕਾਰ ਨੇ ਲੋਕਾਂ ਨੂੰ ਚਿੰਤਾ ਨਾ ਕਰਨ ਲਈ ਵੀ ਕਿਹਾ ਹੈ ਯੂਕੇ ਦੇ ਵਿੱਚ ਕਰੋਨਾ ਵਾਇਰਸ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਨੀਤੀਯਾਗ ਦੇ ਮੈਂਬਰ ਡਾਕਟਰ ਵੀਕੇ ਪਾਲ ਨੇ ਕਿਹਾ ਕਿ ਯੂਕੇ ਵਿੱਚ ਕਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਨਾਲ ਭਾਰਤ ਤੇ ਹੋਰ ਮੁਲਕਾਂ ਵਿੱਚ ਇਸ ਮਹਾਮਾਰੀ ਦੇ ਇਲਾਜ ਲਈ ਤਿਆਰ ਕੀਤੀਆਂ ਜਾ ਰਹੀਆਂ ਵੈਕਸੀਨਾਂ ਦੀ ਸਮਰੱਥਾ ਪ੍ਰਭਾਵਿਤ ਨਹੀਂ ਹੋਏਗੀ ਦਿੱਲੀ ਸਰਕਾਰ ਨੇ ਵੀ ਕਿਹਾ ਹੈ ਕਿ ਬਰਤਾਨੀਆਂ ਦੇ ਵਿੱਚ ਕੋਵਿਡ-19 ਦੀ ਨਵੇਂ ਮિલે ਰੂਪ ਸਾਹਮਣੇ ਆਉਣ ਤੋਂ ਬਾਅਦ ਯੂਕੇ ਤੋਂ ਹਾਲ ਹੀ ਵਿੱਚ ਇੱਥੇ ਪਹੁੰਚਣ ਵਾਲੇ ਯਾਤਰੀਆਂ ਦੇ ਘਰਾਂ ਦਾ ਦੌਰਾ ਕੀਤਾ ਜਾਏਗਾ ਤੇ ਉਨ੍ਹਾਂ ਦੀ ਸਿਹਤ ਦੀ ਸਥਿਤੀ ਦਾ ਪਤਾ ਲਿਆ ਜਾਏਗਾ ਸਿਹਤ ਮੰਤਰੀ ਸਤੇਂਦਰ ਜੈਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਕਾਰਨ 18 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਭਾਰਤ ਵਿੱਚ ਲਗਭਗ 6 ਮਹੀਨਿਆਂ ਬਾਅਦ ਕਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ 20000 ਤੋਂ ਘੱਟ ਦਰਜ ਕੀਤੀ ਗਈ ਜਦਕਿ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 3 ਲੱਖ ਤੋਂ ਘੱਟ ਰਹੀ। ਭਾਰਤ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 1 ਕਰੋੜ 75116 ਰਿਕਾਰਡ ਕੀਤੀ ਗਈ ਹੈ। ਕੱਲ ਕਰੋਨਾ ਕਾਰਨ 301 ਮਰੀਜ਼ਾਂ ਦੀ ਮੌਤ ਵੀ ਹੋਈ ਹੈ ਜਿਸ ਤੋਂ ਬਾਅਦ ਹੁਣ ਤੱਕ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 146111 ਹੋ ਗਈ ਹੈ। ਜਾਂਦੇ ਜਾਂਦੇ ਵੀ ਦੱਸ ਦਈਏ ਕਿ ਨੋਇਡਾ ਯੂਪੀ ਦੇ ਵਿੱਚ ਵੀ ਨਵੇਂ ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਸੜਕਾਂ ਦੇ ਉੱਤੇ ਕਿਸਾਨਾਂ ਦੇ ਇੱਕ ਸਮੂਹ ਦੇ ਵੱਲੋਂ ਨੋਇਡਾ ਗ੍ਰੇਟਰ ਨੋਇਡਾ ਐਕਸਪ੍ਰੈਸ ਵੇ ਤੇ ਰੋਸ ਮੁਜ਼ਾਰਾ ਕੀਤਾ ਗਿਆ। ਐਕਸਪ੍ਰੈਸ ਵੇ ਤੇ ਸੈਂਕੜੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਗ੍ਰੇਟਰ ਨੋਇਡਾ ਦੇ ਜਿਵਾਰ ਤੇ ਦਾਦਰੀ ਦੇ ਵਸਨੀਕ ਸਨ। ਇਹਨਾਂ ਨੂੰ ਪੁਲਿਸ ਨੇ ਮਹਾਮਾਇਆ ਫਲਾਈਓਵਰ ਤੇ ਰੋਕ ਦਿੱਤਾ। ਜਿਸ ਕਾਰਨ 3 ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ। ਫਿਲਮ ਨਗਰੀ ਮੁੰਬਈ ਦੇ ਵਿੱਚ ਵੀ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇੱਥੇ ਸੜਕਾਂ ਦੇ ਉੱਤੇ ਰੋਸ ਮੁਜ਼ਾਰੇ ਕੀਤੇ ਇਸ ਦਰਮਿਆਨੇ ਵੀ ਖਬਰ ਮਿਲ ਰਹੀ ਹੈ ਕਿ ਦਿੱਲੀ ਦੇ ਗਾਜ਼ੀਪੁਰ ਬਾਰਡਰ ਨੂੰ ਕਿਸਾਨਾਂ ਨੇ ਮੁਕੰਮਲ ਹੁਣ ਰੋਕ ਦਿੱਤਾ ਹੈ ਪਹਿਲਾਂ ਇੱਕ ਸੜਕ ਆਵਾਜਾਈ ਦੇ ਲਈ ਐਮਰਜੈਂਸੀ ਸੇਵਾਵਾਂ ਦੇ ਲਈ ਖਾਲੀ ਰੱਖੀ ਗਈ ਸੀ ਪਰ ਹੁਣ ਸਾਰਾ ਮਾਰਗ ਰੋਕ ਦਿੱਤਾ ਹੈ ਇਸ ਦੌਰਾਨ ਪੁਲਿਸ ਨੇ ਕਿਸਾਨਾਂ ਦੇ ਉੱਤੇ ਹਲਕਾ ਲਾਠੀ ਚਾਰਜ ਵੀ ਕੀਤਾ ਬਲ ਦਾ ਪ੍ਰਯੋਗ ਵੀ ਕੀਤਾ ਅਤੇ ਕਿਸਾਨ ਲੀਡਰਾਂ ਨੇ ਇਸ ਦੀ ਨਿੰਦਾ ਕੀਤੀ ਹੈ ਮੁੰਬਈ ਤੋਂ ਹੀ ਖਬਰ ਹੈ ਜਿੱਥੇ ਮੁੰਬਈ ਹਵਾਈ ਅੱਡੇ ਦੇ ਨੇੜੇ ਇੱਕ ਮਹਿੰਗੇ ਕਲੱਬ ਤੇ ਮਾਰੇ ਛਾਪੇ ਦੌਰਾਨ క్రికెਟਰ ਸੁਰੇਸ਼ ਰੈਣਾ ਗਾਇਕ ਗੁਰੂ ਰੰਧਾਵਾ ਤੇ ਬਾਲੀਵੁੱਡ ਹਸਤੀ ਸੁਜ਼ੈਨ ਖਾਨ ਦੇ ਸਣੇ 34 ਜਣਿਆਂ ਨੂੰ ਸਮਾਜਿਕ ਦੂਰੀ ਦੇ ਨਿਯ ਉਸ ਗ੍ਰਫਤਾਰ ਕੀਤਾ ਗਿਆ ਹੈ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਹੋਰ ਵੱਡਾ ਗਾਇਕ ਪਿਛਲੇ ਦਰਵਾਜ਼ੇ ਰਾਹੀਂ ਖਿਸਕ ਗਿਆ ਮੁੰਬਈ ਪੁਲਿਸ ਨੇ ਟਵੀਟ ਕਰਦਿਆਂ ਕਿਹਾ ਕਿ ਪਾਰਟੀ ਨਹੀਂ ਚੱਲੇਗੀ ਟਿਲ 6 ਇਨ ਦਾ ਮਾਰਨਿੰਗ 34 ਲੋਕਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 19 ਦਿੱਲੀ ਤੇ ਪੰਜਾਬ ਦੇ ਵਿੱਚੋਂ ਸਨ ਇਹਨਾਂ ਵਿੱਚੋਂ ਕੁਝ ਬਾਲੀਵੁੱਡ ਹਸਤੀਆਂ ਵੀ ਸਨ ਮੁੰਬਈ ਪੁਲਿਸ ਦੇ ਨਾਲ #newnormal ਵੀ ਲਿਖਿਆ ਗਿਆ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਆਡੀਓ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਕਿਸਾਨਾਂ ਦੇ ਸੰਘਰਸ਼ ਵਿੱਚ ਜਿਵੇਂ ਦੀ ਵੀ ਮਦਦ ਤੁਸੀਂ ਕਰ ਸਕਦੇ ਹੋ ਜ਼ਰੂਰ ਕਰੋ ਅਫਵਾਹਾਂ ਵਾਲੀਆਂ ਖਬਰਾਂ ਤੋਂ ਬਚ ਕੇ ਜ਼ਰੂਰ ਰਹੋ ਧੰਨਵਾਦ